ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸ਼ੁਰੂ ਕਰਦੇ ਹਾਂ ਅੱਜ ਦੀ ਨਵੀਂ ਕਹਾਣੀ। ਇਹ ਕਹਾਣੀ ਸਮਰਾਲੇ ਕੋਲ ਪਿੰਡ ਬੌਂਦਲ ਦੀ ਹੈ। ਸਮਰਾਲਾ ਲੁਧਿਆਣੇ ਕੋਲ ਪੰਜਾਬ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ। ਉਸ ਦੇ ਨਾਲ ਚੜ੍ਹਦੇ ਵੱਲ ਪਹਿਲਾ ਪਿੰਡ ਹੈ ਬੌਂਦਲ। ਪਿੰਡ ਦੇ ਵਾਰ ਵਾਰ ਲਹਿੰਦੇ ਵੱਲ ਪਿੰਡ ਦਾ ਟੋਭਾ ਹੈ। ਪੂਰੇ ਪਿੰਡ ਦੇ ਉੱਪਰ ਦੀ ਫਿਰਨੀ ਘੁੰਮਦੀ ਹੈ। ਪਿੰਡ ਦੇ ਸ਼ੁਰੂ ਵਿੱਚ ਹੀ ਜਿਹੜੀ ਵੱਡੀ ਸਾਰੀ ਹਵੇਲੀ ਹੈ ਉਹ ਹੈ ਸਰਦਾਰ ਅਜਮੇਰ ਸਿੰਘ ਦੇ ਬਾਪੂ ਦੀ ਹੈ। ਧੰਨ ਕੌਰ ਅਜਮੇਰ ਸਿੰਘ ਦੀ ਘਰਵਾਲੀ ਹੈ। ਭਾਵੇਂ ਅਜਮੇਰ ਸਿੰਘ ਨੂੰ ਮਰੇ ਨੂੰ ਕਾਫੀ ਸਮਾਂ ਹੋ ਗਿਆ ਹੈ, ਪਰ ਫਿਰ ਵੀ ਧੰਨ ਕੌਰ ਤੇ ਉਹਨਾਂ ਦੇ ਪੁੱਤ ਜਸ, ਅਸਲ ਨਾਮ ਜਸਕੀਰਤ, ਦਾ ਗੁਜ਼ਾਰਾ ਜ਼ਮੀਨ ਤੋਂ ਅੱਜ ਤੱਕ ਹੁੰਦਾ ਆਇਆ ਹੈ। ਵਾਹ ਵਾਹ ਜ਼ਮੀਨ ਸੀ ਅਜਮੇਰ ਦੇ ਬਾਪੂ ਕੋਲ। ਅਜਮੇਰ ਦਾ ਛੋਟਾ ਭਰਾ ਵੀ ਹੈ ਸ਼ਮਸ਼ੇਰ। ਉਹਨਾਂ ਦੀ ਇੱਕ ਭੈਣ ਵੀ ਹੈ ਕਸ਼ਮੀਰੋ, ਉਹ ਪਿੰਡ ਸਿਆੜ ਵਿਆਹੀ ਹੋਈ ਹੈ। ਧੰਨ ਕੌਰ ਭਾਵੇਂ ਉਮਰ ਦੀ ਬਹੁਤੀ ਨਹੀਂ ਹੈ, ਪਰ ਅਜਮੇਰ ਦੇ ਚਲੇ ਜਾਣ ਤੋਂ ਬਾਅਦ ਜ਼ਿੰਦਗੀ ਦੇ ਹਾਲਾਤਾਂ ਨੇ ਸਮੇਂ ਤੋਂ ਪਹਿਲਾਂ ਹੀ ਉਸ ਨੂੰ ਢਾਲ ਦਿੱਤਾ ਹੈ। ਉਹ ਅਕਸਰ ਕੁਝ ਨਾ ਕੁਝ ਇਕੱਲੀ ਹੀ ਬੁੜਬੜਾਉਂਦੀ ਰਹਿੰਦੀ ਹੈ। ਧੰਨ ਕੌਰ ਬਹੁਤੀ ਪੜ੍ਹੀ ਲਿਖੀ ਤਾਂ ਹੈ ਨਹੀਂ, ਮਸਾਂ 10 ਪੜ੍ਹੀ ਹੋਈ ਹੈ, ਪਰ ਉਹ ਹੈ ਬਹੁਤ ਚੰਗੇ ਘਰ ਤੋਂ। ਸ਼ਾਮ ਦਾ ਸਮਾਂ ਹੈ, ਸਰਦੀਆਂ ਹੋ ਰਹੀਆਂ ਨੇ, ਦਿਨ ਕਾਫੀ ਛੋਟੇ ਹੋ ਗਏ ਨੇ, ਕਣਕ ਦੀ ਬਿਜਾਈ ਚੱਲ ਰਹੀ ਹੈ। ਚਿੜੀ ਰੋਸ਼ਨਦਾਨ ਦੇ ਟੁੱਟੇ ਹੋਏ ਸ਼ੀਸ਼ੇ ਵਿੱਚ ਦੀ ਅੰਦਰ ਆਈ ਹੈ। ਉਸ ਨੇ ਛੱਤ ਦੇ ਬਾਲਿਆਂ ਵਿੱਚ ਚਾਲਣਾ ਪਾਇਆ ਹੋਇਆ ਹੈ। ਜਿਵੇਂ ਹੀ ਚਿੜਾ ਚਿੜੀ ਅੰਦਰ ਆਏ, ਘਰ ਦੇ ਸਰਨਾਟੇ ਵਿੱਚ ਉਹਨਾਂ ਦੇ ਪਰਾਂ ਦੀ ਆਵਾਜ਼ ਸੁਣ ਕੇ ਧੰਨ ਕੌਰ ਬੋਲੀ, ਅਜਮੇਰ ਤੁਹਾਨੂੰ ਯਾਦ ਹੈ ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਆਹ ਰੋਸ਼ਨਦਾਨ ਦਾ ਸ਼ੀਸ਼ਾ ਬਦਲਵਾ ਦੇਵੋ, ਤਾਂ ਤੁਸੀਂ ਪੁੱਛਿਆ ਸੀ ਆਖੇ ਕੀ ਹੋ ਗਿਆ। ਮੈਂ ਦੱਸਿਆ ਸੀ ਨਾ ਤੁਹਾਨੂੰ ਕਿ ਇਹ ਚਿੜੀਆਂ ਨੇ ਬੈਠਕ ਵਿੱਚ ਡੱਕੇ ਹੀ ਡੱਕੇ ਕਰੇ ਪਏ ਨੇ, ਆਏ ਗਏ ਤੋਂ ਬੁਰੇ ਲੱਗਦੇ ਨੇ। ਤੁਸੀਂ ਹੱਸ ਕੇ ਕਿਹਾ ਸੀ ਧੰਨ ਕੌਰ ਇਹ ਵੀ ਤਾਂ ਰੱਬ ਦੇ ਜੀ ਨੇ, ਸਵੇਰੇ ਸਾਂਝਰੇ ਉੱਠਦੇ ਨੇ, ਉੱਠਣ ਸਾਰ ਦੁਨੀਆ ਦਾ ਭਲਾ ਮੰਗਦੇ ਨੇ, ਸਾਰਾ ਦਿਨ ਤਿਣਕਾ ਤਿਣਕਾ ਘਰ ਨੂੰ ਢੋਂਦੇ ਨੇ, ਇਹ ਤਾਂ ਘਰ ਵਿੱਚ ਬਰਕਤ ਦੀ ਨਿਸ਼ਾਨੀ ਨੇ। ਫਿਰ ਇਹ ਜਿਵੇਂ ਹੀ ਪਰਿਵਾਰ ਦਾ ਵਾਧਾ ਕਰਨਗੇ ਸਾਡੇ ਘਰ ਨੂੰ ਵੀ ਭਾਗ ਲੱਗਣਗੇ। ਤੁਸੀਂ ਕਹਿੰਦੇ ਸੀ ਇਹਨਾਂ ਚਿੜੀਆਂ ਦੀ ਆਤਮਾ ਤੇ ਸੋਚ ਬਹੁਤ ਪਵਿੱਤਰ ਹੁੰਦੀ ਹੈ, ਇਹ ਬੰਦਿਆਂ ਵਾਂਗ ਸਾਲ ਸਾਲ ਦਾ ਰਾਸ਼ਨ ਜਮ੍ਹਾਂ ਨਹੀਂ ਕਰਦੀਆਂ, ਇਹ ਰਾਤ ਨੂੰ ਸੌਣ ਲੱਗੀਆਂ ਰੱਬ ਦਾ ਸ਼ੁਕਰੀਆ ਕਰਕੇ ਸੌਂਦੀਆਂ ਨੇ ਤੇ ਉਸੇ ਦੇ ਭਰੋਸੇ ਸਵੇਰੇ ਚੋਗਾ ਲੱਭਣ ਤੁਰ ਜਾਂਦੀਆਂ ਨੇ। ਤੇਰੇ ਘਰ ਵੀ ਇਹ ਰੱਬ ਦੀ ਰਜ਼ਾ ਵਿੱਚ ਆਈਆਂ ਨੇ, ਘਰ ਆਏ ਇਹਨਾਂ ਨੰਨੇ ਫਰਿਸ਼ਤਿਆਂ ਨੂੰ ਕਿਵੇਂ ਬੂਹੇ ਢੋ ਦਈਏ। ਕੀ ਹੋਇਆ ਤੁਸੀਂ ਆਪੇ ਦੇਖ ਲਵੋ, ਆਪਾਂ ਨੂੰ ਇਹਨਾਂ ਚਿੜੀਆਂ ਦੀ ਵੀ ਕੋਈ ਅਸੀਸ ਨਾ ਲੱਗੀ। ਵਿਆਹ ਤੋਂ ਬਾਅਦ ਆਪਣੇ ਘਰ ਜਸ ਹੋਇਆ, ਅਜੇ ਤਾਂ ਆਪਾਂ ਰੱਜ ਕੇ ਖੁਸ਼ੀਆਂ ਵੀ ਨਹੀਂ ਸੀ ਮਨਾਈਆਂ, ਰੱਬ ਨੇ ਤੁਹਾਨੂੰ ਖੋ ਲਿਆ ਸਾਡੇ ਕੋਲੋਂ। ਆਪੇ ਗੱਲਾਂ ਕਰਦੀ ਦੀਆਂ ਅੱਖਾਂ ਭਰ ਆਈਆਂ ਸਨ ਧੰਨ ਕੌਰ ਦੀਆਂ। ਗੱਲ ਕਰਦੀ ਕਰਦੀ ਉਹ ਅਕਸਰ ਇਹ ਭੁੱਲ ਜਾਂਦੀ ਹੈ ਉਹ ਕੀ ਗੱਲ ਕਰ ਰਹੀ ਸੀ। ਜਿਵੇਂ ਹੀ ਉਸਨੇ ਪਾਣੀ ਪੀਤਾ ਉਸ ਨੂੰ ਭੁੱਲ ਗਿਆ ਉਹ ਅਜਮੇਰ ਨਾਲ ਕੀ ਗੱਲਾਂ ਕਰ ਰਹੀ ਸੀ। ਉਹ ਹੈਰਾਨ ਹੋ ਕੇ ਬੋਲੀ, ਪਤਾ ਨਹੀਂ ਮੈਂ ਕੀ ਕਹਿ ਰਹੀ ਸੀ। ਹਾਂ ਪਾਲਾ ਲੱਗਦਾ ਹੋਊ ਜਸ ਨੂੰ। ਉਸਨੇ ਜਿਵੇਂ ਹੀ ਖੇਸੀ ਕੱਢਣ ਲਈ ਪੇਟੀ ਖੋਲੀ ਫੇਰ ਗੱਲੀ ਪੈ ਗਈ।
ਜਸਪੋ ਤਾਂ ਪੇਟੀ, ਸੰਦੂਕ, ਇੱਕ ਡੋਲੀ, ਦੋ ਪਲੰਗ, ਚਾਰ ਕੁਰਸੀਆਂ ਬਾਪੂ ਜੀ ਨੇ ਮੇਰੇ ਵਿਆਹ ਤੇ ਘਰੇ ਮਿਸਤਰੀ ਲਾ ਕੇ ਬਣਵਾਈਆਂ ਸੀ। ਸ਼ਹਿਰ ਜਾ ਕੇ ਸਾਗਵਾਨ ਦੀ ਲੱਕੜ ਆਪ ਚਰਵਾ ਕੇ ਲਿਆਏ ਸੀ। ਜਦੋਂ ਸਾਰਾ ਕੁਝ ਬਣ ਗਿਆ ਤਾਂ ਵੀ ਬਹੁਤ ਲੱਕੜੀ ਬਚ ਗਈ ਸੀ। ਬਾਪੂ ਜੀ ਨੇ ਇੱਕ ਚਰਖਾ ਤੇ 6 ਪੀੜੀਆਂ, ਇੱਕ ਕਣੌਜੀ ਵੀ ਬਣਵਾ ਕੇ ਦੇ ਦਿੱਤੀ ਸੀ। ਪਤਾ ਨਹੀਂ ਕਿੱਥੋਂ ਸੋਨੇ ਦੀਆਂ ਬਰਿੰਜਾਂ ਲੈ ਕੇ ਆਏ ਤੇ ਚਰਖੇ ਵਿੱਚ ਲਗਵਾ ਕੇ ਦਿੱਤੀਆਂ। ਕਹਿੰਦੇ ਇੱਕੋ ਧੀ ਹੈ, ਸਾਰੇ ਚਾਅ ਪੂਰੇ ਕਰਨੇ ਇਸੇ ਦੇ ਵਿਆਹ ਤੇ। ਕਰਮਾਂ ਵਾਲੇ ਬਾਬਲ ਨੇ ਪਤਾ ਨਹੀਂ ਕਿਹੜੀਆਂ ਰੀਝਾਂ ਨਾਲ ਆ ਪੇਟੀ ਬਣਵਾਈ ਸੀ, ਅੱਜ ਤੱਕ ਕਦੇ ਖਾਲੀ ਨਹੀਂ ਹੋਈ। ਜਦੋਂ ਤੇਰੇ ਪਾਪਾ ਜੀ ਪੂਰੇ ਹੋਏ ਨਾ ਤਾਂ ਬਹੁਤ ਦੁੱਖ ਮਨਾਇਆ ਸੀ ਬਾਪੂ ਜੀ ਨੇ। ਇੱਕੋ ਧੀ, ਉਹ ਵੀ ਵਿਧਵਾ ਹੋ ਗਈ, ਆਪੇ ਗੱਲਾਂ ਕਰਦੀ ਦਾ ਗੱਚ ਭਾਰ ਆਇਆ ਹੈ ਧੰਨ ਕੌਰ ਦਾ, ਬਸ ਇਹੋ ਦੁੱਖ ਲੈ ਗਿਆ ਉਹਨਾਂ ਨੂੰ। ਭਾਵੇਂ ਮੈਂ ਮਾਪਿਆਂ ਦੀ ਇੱਕੋ ਧੀ ਸੀ ਪਰ ਮੇਰੇ ਵੀਰੇ ਬਹੁਤ ਸੀ। ਚਾਚੇ, ਤਾਏ, ਮਾਮੇ, ਮਾਸੜ, ਫੁੱਫੜਾਂ ਦੇ 11 ਪੁੱਤ ਸਨ ਤੇ ਇੱਕ ਚਰਨ ਸਿੰਘ ਮੇਰਾ ਧਰਮ ਦਾ ਵੀਰ। ਮੇਰੇ ਵਿਆਹ ਤੇ ਸਾਰਿਆਂ ਨੇ ਗੁਲਾਬੀ ਪੱਗਾਂ ਤੇ ਇੱਕੋ ਜਿਹੀਆਂ ਸ਼ੇਰਵਾਨੀਆਂ ਪਾਈਆਂ ਸਨ। ਬੇਬੇ ਰੋਕਦੀ ਰਹੀ ਸੀ, ਆਖੇ ਪੁੱਤ ਇਕੱਠੇ ਨਾ ਖੜੋ, ਬਚੋ ਦੁਨੀਆਂ ਦੀਆਂ ਨਜ਼ਰਾਂ ਤੋਂ। ਸੁੱਖ ਨਾਲ ਸਾਰੇ ਇੱਕੋ ਜਿਹੇ ਜਵਾਨ ਸਨ। ਬਹੁਤ ਖੁਸ਼ ਹੋ ਰਹੀ ਸੀ ਉਸ ਦਿਨ ਨੂੰ ਯਾਦ ਕਰਕੇ ਜਦੋਂ ਸਾਰੇ ਭਰਾਵਾਂ ਨੇ ਮਿਲ ਕੇ ਉਸ ਨੂੰ ਡੋਲੀ ਵਿੱਚ ਬਿਠਾਇਆ ਸੀ। ਜਿਵੇਂ ਹੀ ਧੰਨ ਕੌਰ ਨੇ ਜਸ ਤੇ ਖੇਸੀ ਦਿੱਤੀ, ਸਾਰੇ ਕਮਰੇ ਵਿੱਚ ਸਾਗਵਾਨ ਦੀ ਲੱਕੜੀ ਦੀ ਮਹਿਕ ਖਿਲਰ ਗਈ। ਪਰ ਆਹ ਕੀ, ਸੁੱਤੇ ਪਏ ਜਸ ਨੂੰ ਕੋਈ ਸੂਰਤ ਨਹੀਂ ਹੈ। ਭਾਵੇਂ ਅਜੇ ਉਹ 15 ਸਾਲਾਂ ਦਾ ਹੀ ਪਰ ਬਹੁਤ ਨਸ਼ਾ ਕਰਦਾ ਹੈ। ਕਈਆਂ ਨੇ ਧੰਨ ਕੌਰ ਨੂੰ ਕਿਹਾ ਕਿ ਉਹ ਜਸ ਵੱਲ ਧਿਆਨ ਦੇਵੇ, ਪਰ ਉਹ ਮੰਨਣ ਨੂੰ ਤਿਆਰ ਨਹੀਂ ਕਿ ਉਸਦਾ ਪੁੱਤ ਨਸ਼ੇ ਕਰਦਾ ਹੈ। ਉਸ ਨੂੰ ਲੱਗਦਾ ਕਿ ਲਾਡ ਪਿਆਰ ਨਾਲ ਪਾਲੇ ਪੁੱਤ ਦੀ ਨੀਂਦ ਵੱਧ ਗਈ ਹੈ। ਜਸ, ਪੁੱਤ ਰੋਟੀ ਖਾ ਲੈ। ਕਿੰਨੀ ਵਾਰ ਹਿਲਾਇਆ ਹੈ ਜਸ ਨੂੰ ਪਰ ਉਹ ਨਾ ਉੱਠਿਆ, ਸ਼ਾਇਦ ਅੱਜ ਉਹ ਜ਼ਿਆਦਾ ਨਸ਼ਾ ਕਰਕੇ ਆਇਆ ਹੈ। ਪੁੱਤ ਨੇ ਰੋਟੀ ਨਾ ਖਾਧੀ ਤਾਂ ਮਾਂ ਵੀ ਬਗੈਰ ਕੁਝ ਖਾਧੇ ਹੀ ਪੈ ਗਈ। ਜਿਵੇਂ ਹੀ ਧੰਨ ਕੌਰ ਸੌਣ ਲੱਗੀ ਤਾਂ ਰੋਜ਼ ਦੀ ਤਰ੍ਹਾਂ ਰੱਬ ਨਾਲ ਸ਼ਿਕਵੇ ਸ਼ਿਕਾਇਤਾਂ ਕਰਨ ਲੱਗੀ। ਧੰਨ ਕੌਰ ਦੇ ਹਾਲਾਤ ਕਿਤੇ ਹਮੇਸ਼ਾ ਤੋਂ ਰੋਹੀ ਵਾਲੇ ਥੋੜੇ ਸੀ। ਜਦੋਂ ਤੋਂ ਹੋਸ਼ ਸੰਭਾਲੀ ਸੀ ਬਹਾਰਾਂ ਵਿੱਚ ਲਿਪਟੀ ਵੱਡੀ ਹੋਈ ਸੀ। ਉਸ ਨੂੰ ਉਹਨਾਂ ਦਿਨਾਂ ਨੂੰ ਯਾਦ ਕਰਨਾ, ਵਾਰ ਵਾਰ ਯਾਦ ਕਰਨਾ ਤੇ ਖਿਆਲਾਂ ਵਿੱਚ ਉਹੀ ਜ਼ਿੰਦਗੀ ਜਿਉਣਾ ਬਹੁਤ ਚੰਗਾ ਲੱਗਦਾ ਸੀ। ਬਾਬਲ ਦੇ ਵਿਹੜੇ ਜੋ ਚੰਗੇ ਦਿਨ ਗੁਜ਼ਰੇ ਸੀ ਉਹਨਾਂ ਨੂੰ ਯਾਦ ਕਰਕੇ ਅਕਸਰ ਅੱਖਾਂ ਭਰ ਆਉਂਦੀਆਂ ਸੀ ਧੰਨ ਕੌਰ ਦੀਆਂ। ਉਸ ਨੂੰ ਯਾਦ ਹੈ ਉਦੋਂ ਧੰਨ ਕੌਰ 8ਵੀਂ ਵਿੱਚ ਪੜ੍ਹਦੀ ਸੀ ਤਾਂ ਇੱਕ ਦਿਨ ਸਕੂਲ ਤੋਂ ਆ ਕੇ ਉਸਨੇ ਰੋਂਦੀ ਰੋਂਦੀ ਨੇ ਕਿਹਾ ਸੀ, ਬਾਪੂ ਜੀ ਅੱਜ ਸਵੇਰੇ ਬੇਬੇ ਜੀ ਕਹਿੰਦੀ ਸੀ ਕਿ ਹੁਣ ਤੈਨੂੰ ਸਕੂਲੋਂ ਹਟਾ ਲੈਣਾ, ਕੁੜੀਏ ਹੁਣ ਤੂੰ ਵੱਡੀ ਹੋ ਗਈ ਹੈ, ਜਦੋਂ ਧੀਆਂ ਜਵਾਨ ਹੋ ਜਾਣ ਫੇਰ ਉਹ ਘਰੋਂ ਬਾਹਰ ਨਹੀਂ ਜਾਇਆ ਕਰਦੀਆਂ। ਬਾਪੂ ਜੀ ਹੱਸ ਕੇ ਬੋਲੇ ਸੀ, ਫੇਰ ਤੂੰ ਕੀ ਜਵਾਬ ਦਿੱਤਾ ਆਪਣੀ ਮਾਂ ਨੂੰ? ਧੰਨ ਕੌਰ ਆਪਣੇ ਹੰਝੂ ਪੂੰਝ ਦੀ ਬੋਲੀ ਸੀ, ਮੈਂ ਤਾਂ ਕਹਿ ਦਿੱਤਾ ਸੀ ਬੇਬੇ ਨੂੰ ਮੈਂ ਨਾ ਤੇਰੀ ਬਾਪੂ ਜੀ ਨੂੰ ਸ਼ਿਕਾਇਤ ਲਗਾਵਾਂਗੀ। ਧੰਨ ਕੌਰ ਨੂੰ ਉਸਦੇ ਬਾਪੂ ਜੀ ਨੇ ਬਹੁਤ ਲਾਡਾਂ ਨਾਲ ਪਾਲਿਆ ਸੀ। ਧੰਨ ਕੌਰ ਨੂੰ ਕੋਈ ਐਸੀ ਗੱਲ ਯਾਦ ਨਹੀਂ ਆਉਂਦੀ ਜੋ ਬਾਪੂ ਜੀ ਨੇ ਮੰਨੀ ਨਾ ਹੋਵੇ।
ਬਾਪੂ ਜੀ ਨੇ ਧੰਨ ਕੌਰ ਦੇ ਹੰਝੂ ਪੂੰਝਦਿਆਂ ਉਸ ਨੂੰ ਗੋਦੀ ਚੁੱਕ ਲਿਆ ਸੀ ਤੇ ਉਸ ਦੀ ਮਾਂ ਕੋਲ ਲੈ ਗਏ ਸੀ। ਲੈ ਬਈ ਧੰਨ ਕੌਰ ਦੀ ਮਾਂ, ਤੂੰ ਮੇਰੇ ਪੁੱਤ ਨੂੰ ਸਕੂਲ ਜਾਣ ਤੋਂ ਮਨਾ ਨਹੀਂ ਕਰੇਗੀ। ਆ ਗਈ ਬਾਪ ਦੀ ਜੁੰਡਲੀ, ਲਾ ਹੀ ਸ਼ਿਕਾਇਤ ਏ ਤੁਹਾਨੂੰ ਨਾ, ਆਪਾਂ ਕਿਹੜਾ ਇਸ ਤੋਂ ਨੌਕਰੀ ਕਰਾਉਣੀ ਹੈ, ਬਹੁਤ ਪੜ ਲਈ, ਹੁਣ ਘਰ ਦਾ ਕੰਮ ਕਾਰ ਸਿੱਖ ਲਵੇ, ਅਗਾਂਹ ਸਹੁਰੀ ਜਾ ਕੇ ਕੰਮ ਆਵੇਗਾ। ਨਹੀਂ ਤਾਂ ਇਸ ਦੀ ਸੱਸ ਨੇ ਕਿਹਾ ਕਰਨਾ, ਮਾਂ ਨੇ ਕੁਝ ਸਿਖਾ ਕੇ ਨਹੀਂ ਭੇਜੀ। ਮਾਂ ਥੋੜੀ ਗੁੱਸੇ ਵਿੱਚ ਬੋਲੀ ਸੀ, ਧੰਨ ਕੌਰ ਦੀ ਮਾਂ ਕਿਸੇ ਸ਼ਹਿਜਾਦੇ ਨਾਲ ਵਿਆਹੂਗਾ, ਮੈਂ ਆਪਣੀ ਧੀ, ਜਿੱਥੇ ਕਿੰਨੇ ਕਿੰਨੇ ਨੌਕਰ ਚਾਕਰ ਹੋਣਗੇ ਮੇਰੇ ਪੁੱਤ ਕੋਲ, ਇਹ ਕਾਹਤੋਂ ਕਰੇਗੀ ਕੰਮ, ਰਾਜ ਕਰੂ ਮੇਰਾ ਪੁੱਤ, ਸੋਰੀ ਜਾ ਕੇ ਰਾਜ, ਨਹੀਂ ਤਾਂ ਦੋ ਨੌਕਰ ਪੱਕੇ ਭੇਜ ਦੂ ਦਾਜ ਵਿੱਚ, ਮੈਂ ਦਿਆ ਕਰੂ ਉਹਨਾਂ ਦੀ ਤਨਖਾਹ। ਬਾਪੂ ਜੀ ਧੰਨ ਕੌਰ ਦੀ ਗੱਲ ਤੇ ਪਿਆਰ ਕਰਦੇ ਬੋਲੇ ਸੀ, ਤੁਹਾਡੇ ਲਾਡ ਪਿਆਰ ਨੇ ਵਿਗਾੜ ਦੇਣਾ ਕੁੜੀ ਨੂੰ, ਧੀਆਂ ਨੂੰ ਇੰਨੀ ਖੁੱਲ ਨਹੀਂ ਦੇਈਦੀ, ਮਾਂ ਬਾਪੂ ਜੀ ਨੂੰ ਸਮਝਾਉਂਦੀ ਬੋਲੀ ਸੀ। ਧੰਨ ਕੌਰ ਦੀ ਮਾਂ, ਵੱਡਿਆਂ ਘਰਾਂ ਦੇ ਪੁੱਤ ਵਿਗੜੇ ਹੀ ਹੁੰਦੇ ਨੇ, ਖਬਰਦਾਰ ਜੇ ਮੇਰੇ ਪੁੱਤ ਨੂੰ ਕੁੜੀ ਕਿਹਾ, ਇਹ ਤਾਂ ਮੇਰਾ ਪੁੱਤ ਹੈ, ਬਾਪੂ ਜੀ ਘੁੱਟ ਕੇ ਜੱਫੀ ਵਿੱਚ ਲੈਂਦੇ ਬੋਲੇ ਸੀ। ਧੰਨ ਕੌਰ ਨੂੰ ਯਾਦ ਹੈ ਮਾਂ ਦੀਆਂ ਗੱਲਾਂ ਸੁਣ ਕੇ ਉਹ ਬੋਲੀ ਸੀ, ਬਾਪੂ ਜੀ ਮੈਂ ਵਿਆਹ ਨਹੀਂ ਕਰਾਉਣਾ, ਵਿਆਹ ਤੋਂ ਬਾਅਦ ਫੇਰ ਮੈਨੂੰ ਸਹੁਰੀ ਜਾਣਾ ਪੈਣਾ, ਮੈਂ ਨਾ ਤੁਹਾਡੇ ਬਗੈਰ ਕਿਵੇਂ ਜਿੰਦਾ ਰਹੂੰਗੀ, ਮੈਂ ਨਾ ਸਾਰੀ ਉਮਰ ਤੁਹਾਡੇ ਕੋਲ ਹੀ ਰਹਾਂਗੀ। ਧੰਨ ਕੌਰ ਦੀ ਗੱਲ ਸੁਣ ਕੇ ਬਾਪੂ ਜੀ ਦਾ ਗੱਚ ਭਰ ਆਇਆ ਸੀ, ਉਹਨਾਂ ਨੇ ਆਪਣੇ ਹੰਝੂ ਰੋਕਦਿਆਂ ਨੇ ਕਿਹਾ ਸੀ, ਨਾ ਮੈਂ ਤੁਹਾਨੂੰ ਵਿਆਹ ਕੇ ਘਰੋਂ ਥੋੜੀ ਤੋਰਨਾ, ਆਪਾਂ ਤਾਂ ਘਰ ਜਵਾਈ ਲੱਭ ਲੈਣਾ, ਫੇਰ ਤੂੰ ਆਪਣੇ ਬਾਪੂ ਜੀ ਕੋਲ ਹੀ ਰਹੀ ਪੁੱਤ। ਧੰਨ ਕੌਰ ਤੋਂ ਚੋਰੀ ਚੋਰੀ ਬਾਪੂ ਜੀ ਨੇ ਹੰਝੂ ਪੂੰਝੇ ਸੀ। ਧੰਨ ਕੌਰ ਆਪਣੇ ਮੰਜੇ ਤੇ ਪਈ ਗੱਲਾਂ ਯਾਦ ਕਰਕੇ ਹੁਬਕੀ ਹੁਬਕੀ ਰੋ ਰਹੀ ਸੀ, ਬਾਪੂ ਜੀ ਤੁਸੀਂ ਵੀ ਚਲੇ ਗਏ, ਮੈਂ ਬਹੁਤ ਹੀ ਇਕੱਲੀ ਹੋ ਗਈ ਹਾਂ ਬਾਪੂ ਜੀ, ਬਾਪੂ ਜੀ ਮੇਰਾ ਜਿਉਣ ਨੂੰ ਜੀ ਨਹੀਂ ਕਰਦਾ, ਬਾਪੂ ਜੀ ਮੈਨੂੰ ਵੀ ਲੈ ਜਾਓ ਆਪਣੇ ਕੋਲ ਬਾਪੂ ਜੀ। ਰੋਂਦੀ ਰੋਂਦੀ ਨੂੰ ਭੁੱਲ ਗਿਆ ਪਹਿਲਾਂ ਉਹ ਪਈ ਕੀ ਗੱਲਾਂ ਪਈ ਕਰਦੀ ਸੀ, ਫੇਰ ਉਸ ਨੂੰ ਯਾਦ ਆਇਆ ਜਦੋਂ ਉਸ ਦੇ ਬਾਪੂ ਜੀ ਉਸ ਲਈ ਰਿਸ਼ਤਾ ਲੱਭਦੇ ਸੀ ਤਾਂ ਉਹ ਸਾਰੇ ਰਿਸ਼ਤੇਦਾਰੀ ਵਿੱਚ ਪਿੰਡ ਆਲਮਗੀਰ ਵਿਆਹ ਗਏ ਸੀ। ਬਾਪੂ ਜੀ ਨੇ ਉਸ ਦੇ ਪਸੰਦ ਦੇ ਸਾਰੇ ਸੂਟ ਲੈ ਕੇ ਦਿੱਤੇ ਸੀ, ਨਵੇਂ ਸੂਟ ਵਿੱਚ ਉਹ ਬਹੁਤ ਸੋਹਣੀ ਲੱਗੀ ਸੀ, ਮਾਂ ਨੇ ਕੋਲ ਬੈਠ ਕੇ ਨਜ਼ਰ ਉਤਾਰੀ ਸੀ। ਜਦੋਂ ਉਹ ਵਿਆਹ ਵਿੱਚ ਪਹੁੰਚੇ ਤਾਂ ਕੁਝ ਦੇਰ ਬਾਅਦ ਉੱਥੇ ਅਜਮੇਰ ਵੀ ਆ ਗਿਆ ਸੀ। ਜਦੋਂ ਧੰਨ ਕੌਰ ਨੇ ਅਜਮੇਰ ਨੂੰ ਦੇਖਿਆ ਤਾਂ ਉਸ ਦੀ ਪਹਿਲੀ ਦੇਖ ਹੀ ਉਸ ਦੇ ਕਾਲਜੇ ਵਿੱਚੋਂ ਰੁੱਗ ਭਰ ਕੇ ਲੈ ਗਈ ਸੀ। ਉੱਚਾ ਲੰਮਾ ਸੋਹਣਾ ਸੁਨੱਖਾ ਗੱਭਰੂ ਸਾਰਿਆਂ ਤੋਂ ਵਾਖੀ ਨਜ਼ਰ ਆਉਂਦਾ ਸੀ। ਧੰਨ ਕੌਰ ਦਾ ਚਿੱਤ ਕਰਦਾ ਸੀ ਕਿ ਕਦੋਂ ਭੱਜ ਕੇ ਉਸ ਨੂੰ ਬੁਲਾ ਲਵੇ, ਸ਼ਾਇਦ ਪਹਿਲੀ ਨਜ਼ਰ ਵਿੱਚ ਹੀ ਪਿਆਰ ਹੋ ਗਿਆ ਸੀ ਉਸ ਨੂੰ। ਤਰਲੋ ਮੱਛੀ ਹੋਈ ਉਹ ਗੱਲ ਕਰੇ ਵੀ ਤਾਂ ਕਿਸ ਨਾਲ, ਅਜਮੇਰ ਤਾਂ ਉਸ ਵੱਲ ਤੱਕਦਾ ਵੀ ਨਹੀਂ ਸੀ, ਉਹ ਤਾਂ ਆਪਣੇ ਦੋਸਤਾਂ ਵਿੱਚ ਮਸਤ ਬੈਠਾ ਸੀ। ਉਸ ਨੂੰ ਕੀ ਪਤਾ ਸੀ ਕਿ ਉਸ ਕਰਕੇ ਮਹਿਫਲ ਵਿੱਚ ਕਿਸੇ ਦੀ ਜਾਨ ਤੇ ਬਹਾਣਾ ਹੀ ਹੈ। ਫੇਰ ਉਸਨੇ ਹੌਸਲਾ ਕਰਕੇ ਵਿਆਹ ਵਾਲੀ ਕੁੜੀ ਰਾਣੋ ਨੂੰ ਪੁੱਛਿਆ ਸੀ, ਭੈਣ ਇੱਕ ਗੱਲ ਪੁੱਛਾਂ? ਹਾਂ 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 ਧੰਨ ਕੌਰ, ਰਾਣੋ ਨੇ ਕਿਹਾ, ਭੈਣ ਉਹ ਸੰਧੂਰੀ ਪੱਗ ਵਾਲਾ ਮੁੰਡਾ ਕੌਣ ਆ? ਧੰਨ ਕੌਰ ਨੇ ਸੰਗਦੀ ਨੇ ਪੁੱਛਿਆ ਸੀ। ਉਹ ਨਾ ਅਜਮੇਰ ਵਾ, ਬੋਂਦਲ ਪਿੰਡ ਤੋਂ ਆ, ਵੀਰ ਦਾ ਦੋਸਤ ਆ, ਉਸ ਨਾਲ ਪੜਦਾ ਏ। ਨਾ ਕੀ ਹੋਇਆ? ਰਾਣੋ ਨੇ ਹੱਸਦੀ ਨੇ ਪੁੱਛਿਆ।
ਨਾ ਕੁਝ ਨਹੀਂ। ਕਿ ਧੰਨ ਕੌਰ ਜਿਵੇਂ ਹੀ ਉੱਠੀ ਰਾਣੋ ਨੇ ਉਸਦਾ ਹੱਥ ਫੜ ਲਿਆ। ਮਸਲਾ ਕੋਈ ਹੋਰ ਲੱਗਦਾ, ਰਾਣੋ ਨੇ ਹੱਸ ਕੇ ਬੋਲੀ। ਨਹੀਂ ਭੈਣ, ਮੈਂ ਤਾਂ ਐਵੇਂ ਹੀ ਪੁੱਛ ਲਿਆ ਸੀ, ਧੰਨ ਕੌਰ ਗੱਲ ਲੁਕਾਉਂਦੀ ਬੋਲੀ। ਚੰਗਾ ਫਿਰ ਰਹਿਣ ਦਿੰਦੇ ਹਾਂ ਜੇ ਕੋਈ ਗੱਲ ਨਹੀਂ। ਵੈਸੇ ਅਜਮੇਰ ਦੀ ਭੈਣ ਦਾ ਰਿਸ਼ਤਾ ਵੀ ਮੇਰੇ ਬਾਪੂ ਜੀ ਨੇ ਕਰਵਾਇਆ ਹੈ, ਜੇ ਕੋਈ ਗੱਲ ਹੈ ਤਾਂ ਦੱਸ, ਬਾਪੂ ਜੀ ਨੂੰ ਕਹਿ ਕੇ ਤੇਰਾ ਰਿਸ਼ਤਾ ਵੀ ਕਰਵਾ ਦਿੰਦੀ ਹਾਂ। ਰਾਣੋ ਧੰਨ ਕੌਰ ਦੀ ਗੱਲ ਤੇ ਚੂੰਡੀ ਭਰਦੀ ਬੋਲੀ। ਧੰਨ ਕੌਰ ਨੂੰ ਲੱਗਿਆ ਜਿਵੇਂ ਅਜਮੇਰ ਉਹੀ ਸ਼ਹਿਜ਼ਾਦਾ ਹੈ ਬਾਪੂ ਜੀ ਜੋ ਉਸ ਲਈ ਲੱਭ ਰਹੇ ਹਨ। ਪਤਾ ਨਹੀਂ ਉਹ ਵੀ ਮੈਨੂੰ ਪਸੰਦ ਕਰੂ ਕਿ ਨਹੀਂ, ਧੰਨ ਕੌਰ ਕਾਹਲੀ ਜ਼ਾਹਰ ਕਰਦੀ ਬੋਲੀ। ਲੈ ਇਹ ਵੀ ਕੋਈ ਗੱਲ ਹੈ, ਮੈਂ ਅਜਮੇਰ ਵੀਰ ਨੂੰ ਬੁਲਾ ਕੇ ਪੁੱਛ ਲੈਂਦੀ ਹਾਂ ਬਈ ਆਹ ਸਾਡੀ ਕਮਲੀ ਸਿਧਰੀ ਜਿਹੀ ਉਸ ਨੂੰ ਪਸੰਦ ਹੈ ਕਿ ਨਹੀਂ, ਰਾਣੋ ਹੱਸ ਕੇ ਟਿੱਚਰ ਕਰਦੀ ਬੋਲੀ। ਜਦੋਂ ਰਾਣੋ ਨੇ ਅਜਮੇਰ ਨਾਲ ਧੰਨ ਕੌਰ ਦੀ ਗੱਲ ਕੀਤੀ ਤੇ ਅਜਮੇਰ ਨੇ ਅੱਖ ਭਰ ਕੇ ਉਸ ਵੱਲ ਤੱਕਿਆ ਤਾਂ ਧੰਨ ਕੌਰ ਨੇ ਆਪਣੇ ਆਪ ਨੂੰ ਚੁੰਨੀ ਵਿੱਚ ਲੁਕਾ ਲਿਆ ਸੀ। ਉਸ ਦੇ ਦਿਲ ਦੀ ਧੜਕਣ ਉਸ ਦੇ ਵਸ ਤੋਂ ਬਾਹਰ ਹੋਈ ਪਈ ਸੀ। ਮੰਜੇ ਵਿੱਚ ਪਈ ਦਾ ਦਿਲ ਅੱਜ ਵੀ ਉਸੇ ਤਰ੍ਹਾਂ ਧੜਕ ਰਿਹਾ ਸੀ। ਉਹ ਅਜਮੇਰ ਨੂੰ ਰਾਤ ਦੇ ਹਨੇਰੇ ਵਿੱਚ ਲੱਭ ਰਹੀ ਸੀ। ਰੱਬਾ ਇਹ ਤੂੰ ਕੀ ਕੀਤਾ ਰੱਬਾ, ਸ਼ੁਰੂ ਹੋ ਗਏ ਸਨ ਰੱਬ ਨਾਲ ਗਿਲੇ ਸ਼ਿਕਵੇ। ਫਿਰ ਉਸ ਨੂੰ ਯਾਦ ਆਇਆ ਜਦੋਂ ਰਾਣੋ ਤੇ ਉਸਦਾ ਘਰ ਵਾਲਾ ਅਜਮੇਰ ਦਾ ਰਿਸ਼ਤਾ ਲੈ ਕੇ ਉਹਨਾਂ ਦੇ ਘਰ ਆਏ ਤੇ ਬਾਪੂ ਜੀ ਨੇ ਹਾਂ ਕਰ ਦਿੱਤੀ ਤਾਂ ਉਸ ਤੇ ਕਿਵੇਂ ਬਹਾਰ ਆਈ ਸੀ, ਕਿਵੇਂ ਖੁਸ਼ੀ ਵਿੱਚ ਖੀਵਾ ਹੋਈ ਤੇ ਹੋਰ ਵੀ ਨਿਖਾਰ ਆ ਗਿਆ ਸੀ। ਜਦੋਂ ਉਸ ਦੇ ਸ਼ਗਨਾਂ ਦੀ ਮਹਿੰਦੀ ਲੱਗੀ ਸੀ ਤਾਂ ਦਾਦੀ ਨੇ ਉਹ 8ਵੀਂ ਵਾਲੀ ਗੱਲ ਯਾਦ ਕਰਵਾਈ ਕਿ ਕਿਵੇਂ ਉਸਨੇ ਛੋਟੀ ਹੁੰਦੀ ਨੇ ਕਿਹਾ ਸੀ ਬਾਪੂ ਜੀ ਮੈਂ ਨਹੀਂ ਵਿਆਹ ਕਰਾਉਣਾ, ਤਾਂ ਉਹ ਹੱਸਦੀ ਹੱਸਦੀ ਰੋ ਪਈ ਸੀ। ਬਾਪੂ ਵਾਲੇ ਮੂੰਹ ਤੇ ਕਿਤੇ ਨਾ ਕਿਤੇ ਅਜਮੇਰ ਦਾ ਪਿਆਰ ਹਾਵੀ ਹੋ ਗਿਆ ਸੀ। ਵਕਤ ਵਕਤ ਦੀ ਗੱਲ ਹੈ, ਰਾਤ ਆਪੇ ਗੱਲਾਂ ਕਰਦੀ ਕਰਦੀ ਧੰਨ ਕੌਰ ਦੀ ਕਦੋਂ ਅੱਖ ਲੱਗ ਗਈ ਉਸ ਨੂੰ ਪਤਾ ਹੀ ਨਹੀਂ ਲੱਗਾ। ਜਸ ਦਾ ਨਸ਼ਾ ਟੁੱਟਿਆ ਤਾਂ ਉਸਨੇ ਉੱਠ ਕੇ ਪਾਣੀ ਪੀਤਾ ਤੇ ਫਿਰ ਪੈ ਗਿਆ। ਚਿੜੀ ਵੀ ਉੱਠ ਕੇ ਆਲਣੇ ਤੋਂ ਬਾਹਰ ਆਈ, ਬੈਠ ਕਰਕੇ ਫਿਰ ਆਲਣੇ ਵਿੱਚ ਵੜ ਗਈ। ਸ਼ਾਇਦ ਅਜੇ ਸਵੇਰਾ ਨਹੀਂ ਹੋਇਆ। ਧੰਨ ਕੌਰ ਚਿੜੀ ਨੂੰ ਦੇਖ ਕੇ ਸੋਚ ਰਹੀ ਹੈ, ਪਰਮਾਤਮਾ ਨੇ ਪਖੇਰੂਆਂ ਨੂੰ ਵੀ ਅਕਲ ਬਖਸ਼ੀ ਹੈ। ਇਹ ਕੀ ਧੰਨ ਕੌਰ ਦੀ ਨੀਂਦ ਕਿੰਨੀ ਘਟ ਗਈ ਹੈ, ਉਹ ਤਾਂ ਬਿਸਤਰੇ ਵਿੱਚ ਪਈ ਫੇਰ ਜਾਗ ਰਹੀ ਹੈ। ਜਦੋਂ ਚਿੜੀ ਆਲਣੇ ਵਿੱਚ ਅੰਦਰ ਗਈ ਤਾਂ ਦੂਸਰੀ ਚਿੜੀ ਨੇ ਉਸ ਨੂੰ ਆਪਣੇ ਖੰਭਾਂ ਵਿੱਚ ਸਮਾ ਲਿਆ ਹੈ। ਉਸ ਨੂੰ ਇਹ ਦੇਖ ਕੇ ਅਜਮੇਰ ਦੀ ਬਾਂਹ ਦਾ ਸਰਾਣਾ ਯਾਦ ਆਇਆ। ਅਜਮੇਰ ਦੇ ਕਲਾਵੇ ਵਿੱਚ ਕਿੰਨਾ ਨਿੱਘ ਸੀ, ਜੰਨਤ ਸਨ ਉਹ ਬਾਹਾਂ। ਧੰਨ ਕੌਰ ਦਾ ਸਾਰਾ ਥਕੇਵਾ ਲੈ ਜਾਂਦਾ ਸੀ ਅਜਮੇਰ ਦੇ ਗਲ ਲੱਗ ਕੇ। ਧੰਨ ਕੌਰ ਨੇ ਉੱਠ ਕੇ ਜਸ ਦੀ ਖੇਸੀ ਠੀਕ ਕੀਤੀ ਤੇ ਫੇਰ ਪੈ ਗਈ। ਸ਼ਾਇਦ ਉਹ ਫੇਰ ਭੁੱਲ ਗਈ ਉਹ ਕੀ ਗੱਲਾਂ ਕਰ ਰਹੀ ਸੀ। ਫੇਰ ਉਸ ਨੂੰ ਯਾਦ ਆਇਆ ਜਦੋਂ ਸ਼ਗਨਾਂ ਤੋਂ ਬਾਅਦ ਉਸਦਾ ਵਿਆਹ ਰੱਖਿਆ ਸੀ ਤਾਂ ਬਾਪੂ ਜੀ ਤੇ ਵੀਰੇ ਕਿਵੇਂ ਚਾਵਾਂ ਨਾਲ ਉਸਦੇ ਦਾਜ ਦਾ ਸਮਾਨ ਬਣਾਉਂਦੇ ਫਿਰਦੇ ਸੀ। ਬਾਪੂ ਜੀ ਨੇ ਤਾਂ ਘਰੇ ਹੀ ਖੱਡੀ ਲਗਵਾ ਦਿੱਤੀ ਸੀ, ਦਰੀਆਂ ਖੇਸੀਆਂ ਬਣਵਾਈਆਂ ਸਨ, ਬੇਬੇ ਦੇ ਕਹਿਣ ਤੇ ਰੇਸ਼ਮੀ ਨਾਲੇ ਵੀ ਬਣਵਾ ਕੇ ਦਿੱਤੇ ਸਨ, ਫੇਰ ਕਰੋਸ਼ੀਏ ਨਾਲ ਕਿੰਨਾ ਕੁਝ ਬਣਵਾ ਕੇ ਦਿੱਤਾ ਸੀ। ਉਸ ਨੂੰ ਯਾਦ ਆਇਆ ਜਦੋਂ ਇੱਕ ਦਿਨ ਉਹ ਸਾਂਝਰੇ ਪੈ ਗਈ ਸੀ, ਅਜੇ ਉਹ ਅੱਧ ਸੁੱਤੀ ਜਿਹੀ, ਤਾਂ ਬਾਪੂ ਜੀ ਉਸਦੇ ਕਮਰੇ ਵਿੱਚ ਆਏ ਸੀ। ਜਦੋਂ ਬਾਪੂ ਜੀ ਕਮਰੇ ਵਿੱਚ ਆਏ ਤਾਂ ਉਹ
ਉਹਨਾਂ ਦੇ ਪੈਰਾਂ ਦੀ ਆਵਾਜ਼ ਤੋਂ ਹੀ ਸਮਝ ਗਈ ਸੀ ਕਿ ਬਾਪੂ ਜੀ ਆਏ ਨੇ। ਬਾਪੂ ਜੀ ਨੇ ਉਸ ਨੂੰ ਸੁੱਤੀ ਪਈ ਨੂੰ ਬਹੁਤ ਪਿਆਰ ਕੀਤਾ ਸੀ। ਬਾਪੂ ਜੀ ਬੇਬੇ ਜੀ ਨੂੰ ਕਹਿਣ ਲੱਗੇ, ਦੇਖ ਲੈ ਧੰਨ ਕੌਰ ਦੀ ਮਾਂ, ਆ ਧੀਆਂ ਕਿੰਨੀ ਜਲਦੀ ਵੱਡੀਆਂ ਹੋ ਜਾਂਦੀਆਂ ਨੇ। ਅਜੇ ਕੱਲ ਦੀ ਗੱਲ ਹੈ ਕਿ ਇਸ ਲਈ ਪੰਘੂੜਾ ਖਰੀਦ ਲਿਆਂਦਾ ਸੀ। ਬਾਪੂ ਜੀ ਦੀਆਂ ਗੱਲਾਂ ਕਰਦਿਆਂ ਦੀ ਆਵਾਜ਼ ਭਾਰੀ ਹੋ ਗਈ ਸੀ। ਬੇਬੇ ਵੀ ਉੱਠ ਕੇ ਉਹਨਾਂ ਕੋਲ ਆ ਗਈ ਸੀ। ਫਿਰ ਬਾਪੂ ਜੀ ਅੱਗੇ ਗੱਲ ਕਰਦੇ ਬੋਲੇ ਸੀ, ਮੇਰਾ ਵਸ ਚੱਲਦਾ ਮੈਂ ਆਪਣੇ ਜਿਗਰ ਦੇ ਟੋਟੇ ਨੂੰ ਕਦੇ ਨਾ ਤੋੜਦਾ, ਪਰ ਦੁਨੀਆ ਦਾ ਦਸਤੂਰ ਦੇਖ ਲੋ, ਮੈਂ ਇਸ ਨੂੰ ਬਗਾਨੀ ਕਰਨ ਲਈ ਆਪੇ ਸਮਾਨ ਜੋੜਦਾ ਫਿਰਦਾ। ਸ਼ਾਇਦ ਮਾਂ ਨੇ ਵੀ ਅੱਖਾਂ ਭਰ ਲਈਆਂ ਸਨ। ਉਹ ਬੋਲੀ ਸੀ, ਮਨ ਦੁਖੀ ਨਾ ਕਰੋ ਧੀਆਂ, ਆਪਣੇ ਘਰ ਜਾਂਦੀਆਂ ਹੀ ਸੋਹਣੀਆਂ ਲੱਗਦੀਆਂ। ਧੰਨ ਕੌਰ ਦੇ ਬਾਪੂ, ਨਾ ਰੋਵੋ ਨਾ, ਜੇ ਧੰਨ ਕੌਰ ਉੱਠ ਖੜੀ ਤਾਂ ਵਰਾਉਣੀ ਔਖੀ ਹੋ ਜਾਊ। ਮਾਂ ਨੂੰ ਕੀ ਪਤਾ ਸੀ ਮੈਂ ਵੀ ਪਈ ਹੰਝੂਆਂ ਨਾਲ ਭਿੱਜ ਗਈ ਸੀ। ਮੈਂ ਵੀ ਇਸੇ ਕਰਕੇ ਨਹੀਂ ਸੀ ਉੱਠੀ ਕਿ ਬਾਪੂ ਜੀ ਦਾ ਦਿਲ ਬਹੁਤ ਛੋਟਾ ਸੀ, ਜੇ ਮੈਂ ਉੱਠ ਖੜੀ ਤਾਂ ਉਹਨਾਂ ਫੇਰ ਬਹੁਤ ਰੋਣਾ ਸੀ। ਸਾਰੀ ਮਠਿਆਈ ਬਾਪੂ ਜੀ ਨੇ ਘਰੇ ਦੇਸੀ ਘਿਓ ਵਿੱਚ ਬਣਵਾਈਆਂ ਸਨ। ਮੈਨੂੰ ਬਾਲੂ ਸ਼ਾਹੀਆਂ ਬਹੁਤ ਪਸੰਦ ਸਨ। ਬਾਪੂ ਜੀ ਨੇ ਹਲਵਾਈ ਨੂੰ ਕਿਹਾ ਸੀ, ਸਭ ਤੋਂ ਪਹਿਲਾਂ ਮੇਰੇ ਪੁੱਤ ਲਈ ਬਾਲੂ ਸ਼ਾਹੀਆਂ ਕੱਢ ਦੇ, 4 ਦਿਨ ਗਿੱਧਾ ਪੈਣਾ ਮੇਰਾ ਪੁੱਤ ਆਪਣੀਆਂ ਸਹੇਲੀਆਂ ਨਾਲ ਖਾ ਲਿਆ ਕਰੂ, ਫਿਰ ਮੇਰੇ ਸਕੂਲ ਦੀਆਂ ਅਤੇ ਪਿੰਡ ਦੀਆਂ ਸਹੇਲੀਆਂ ਨੇ ਰੋਜ਼ ਸ਼ਾਮ ਨੂੰ ਆ ਜਾਣਾ, ਖੂਬ ਗਿੱਧਾ ਪੈਣਾ। ਉਸ ਨੂੰ ਯਾਦ ਹੈ ਉਹ ਗਿੱਧੇ ਵਿੱਚ ਨੱਚਦੀ ਇੱਕ ਬੋਲੀ ਰੋਜ਼ ਪਾਉਂਦੀ ਹੁੰਦੀ ਸੀ, ਲੰਮੇ ਲੰਮੇ ਤੰਦ ਵੇ ਮੈਂ ਤੱਕਲੇ ਤੇ ਪਾਉਂਦੀ ਹਾਂ, ਤੱਕ ਤੱਕ ਰਾਂ ਸਾਰਾ ਦਿਨ ਮੈਂ ਲੰਘਾਉਂਦੀ ਹਾਂ। ਯਾਦ ਕਰਾਂ ਮੈਂ ਤੈਨੂੰ ਹਰ ਵੇਲੇ, ਵੇ ਤੁੰਬਾ ਵੱਜਦਾ ਜਾਲਮਾ ਵਿੱਚ ਵੇੜੇ, ਵੇ ਤੁੰਬਾ ਵੱਜਦਾ ਜਾਲਮਾ ਵਿੱਚ ਵੇੜੇ। ਫੇਰ ਘਰੇ ਮਹਾਰਾਜ ਲੈ ਕੇ ਆਉਂਦੇ ਸੀ। ਦਾਦੀ ਨੇ ਪਾਠ ਰੱਖਣ ਤੋਂ ਬਾਅਦ ਬਾਪੂ ਜੀ ਨੂੰ ਕਿਹਾ ਸੀ, ਪੁੱਤ ਵਧਾਈਆਂ ਤੈਨੂੰ, ਅੱਜ ਬਹੁਤ ਭਾਗਾਂ ਵਾਲਾ ਦਿਨ ਚੜਿਆ ਕਰੇ, ਮਹਾਰਾਜ ਨੇ ਪੈਰ ਪਾਏ ਨੇ, ਤੁਸੀਂ ਨਾ ਭਾਈ ਅੱਜ ਧੰਨ ਕੌਰ ਦੇ ਸਹੁਰਿਆਂ ਨੂੰ ਨਿਆਉਂਦਾ ਭੇਜ ਦਿਓ। ਫਿਰ ਸਭ ਤੋਂ ਵੱਡੇ ਵੀਰ ਨੂੰ ਚਿੱਠੀ ਦੇ ਕੇ ਸ਼ਗਨਾਂ ਨਾਲ ਤੋਰਿਆ ਸੀ। ਸ਼ਾਮ ਨੂੰ ਵੀਰ ਹੱਥ ਸਹੁਰਿਆਂ ਤੋਂ ਮਹਿੰਦੀ ਆਈ ਸੀ, ਰਾਤ ਨੂੰ ਘੋਲ ਕੇ ਜਦੋਂ ਲਾਈ ਤਾਂ ਕੁੜੀਆਂ ਨੇ ਸ਼ਗਨਾਂ ਦੇ ਗੀਤ ਗਾਏ ਸੀ, ਮਹਿੰਦੀ ਵੇ ਮਹਿੰਦੀ ਤੇਰੀਆਂ ਰੰਗਲੀਆਂ ਬਾਗਾਂ ਦੀ ਮਹਿੰਦੀ। ਅਖੀਰ ਸ਼ਗਨਾਂ ਦੇ ਦਿਨ ਬਿੱਧੇ ਝੱਟੇ ਹੀ ਲੰਘ ਗਏ ਸਨ। ਅਜਮੇਰ ਸੱਜ ਧੱਜ ਕੇ ਪੱਗ ਤੇ ਸਿਹਰਾ ਲਾ ਕੇ ਕਲਗੀ ਸਜਾ ਕੇ ਹੱਥ ਵਿੱਚ ਕਿਰਪਾਨ ਫੜ ਕੇ ਉਹਨਾਂ ਦੇ ਦਰ ਤੇ ਬਰਾਤ ਲੈ ਕੇ ਆਇਆ ਸੀ। ਧੰਨ ਕੌਰ ਜਦੋਂ ਵਿਆਹ ਕੇ ਡੋਲੀ ਵਿੱਚ ਬੈਠਣ ਲੱਗੀ ਤਾਂ ਬਾਪੂ ਜੀ ਗਲ ਲੱਗ ਕੇ ਬਹੁਤ ਰੋਏ ਸੀ। ਉਹਨਾਂ ਨੇ ਕਿਹਾ ਸੀ, ਜਾ ਧੀਏ ਆਪਣੇ ਘਰ ਜਾ, ਸਦਾ ਸੁਖੀ ਵਸੇ ਪੁੱਤ, ਮੇਰੀਆਂ ਖੁਸ਼ੀਆਂ ਵੀ ਰੱਬ ਤੈਨੂੰ ਦੇਵੇ। ਦਾਦੀ ਨੇ ਮਸਾਂ ਬਾਪੂ ਜੀ ਦੇ ਕਲਾਵੇ ਵਿੱਚੋਂ ਵੱਖ ਕੀਤਾ ਸੀ ਧੰਨ ਕੌਰ ਨੂੰ। ਰੋ ਰਹੀ ਹੈ ਧੰਨ ਕੌਰ, ਬਾਪੂ ਜੀ ਬਾਪੂ ਜੀ। ਸੋਚਦਿਆਂ ਸੋਚਦਿਆਂ ਸਵੇਰਾ ਹੋ ਗਿਆ ਹੈ, ਕੋਈ ਚਾਹ ਨਹੀਂ ਹੈ ਉੱਠਣ ਦਾ, ਜਸ ਉੱਠਿਆ ਹੈ ਤੇ ਉਸਨੇ ਚਾਹ ਮੰਗੀ ਹੈ। ਧੰਨ ਕੌਰ ਨੇ ਹੱਥ ਮੂੰਹ ਧੋ ਕੇ ਚਾਹ ਵਾਲੀ ਪਤੀਲੀ ਚੜਾਈ ਹੈ। ਸਾਰੀ ਰਾਤ ਉਹ ਕੀ ਗੱਲਾਂ ਕਰਦੀ ਰਹੀ ਉਸਨੂੰ ਕੁਝ ਯਾਦ ਨਹੀਂ, ਬਸ ਇੰਨਾ ਯਾਦ ਹੈ ਇੱਕ ਹੋਰ ਰਾਤ ਉਸਨੇ ਮਸਾਂ ਲੰਘਾਈ ਹੈ। ਜਦੋਂ ਧੰਨ ਕੌਰ ਵਿਆਹ ਕੇ ਸਹੁਰੇ ਆਈ ਸੀ ਤਾਂ ਸਾਰੇ ਪਿੰਡ ਵਿੱਚ ਧੰਨ ਕੌਰ ਹੋ ਗਈ ਸੀ। ਬਹੁਤੇ ਫੱਬਦੇ ਸੀ ਅਜਮੇਰ ਤੇ ਧੰਨ ਕੌਰ, ਦੋਵੇਂ ਨਾਲ ਨਾਲ ਖੜੇ ਹੱਸੂ ਹੱਸੂ ਕਰਦਿਆਂ ਨੂੰ ਦੇਖ ਕੇ ਭੁੱਖ ਲੈਂਦੀ ਸੀ
ਪਿਆਰ ਦੀਆਂ ਪੀਂਘਾਂ ਝੂਟਦਿਆਂ ਨੂੰ ਕੋਈ ਖਬਰ ਨਹੀਂ ਸੀ ਦੁਨੀਆ ਕਿੱਥੇ ਵਸਦੀ ਹੈ। ਫਿਰ ਧੰਨ ਕੌਰ ਨੂੰ ਯਾਦ ਆਇਆ ਜਦੋਂ ਵਿਆਹ ਕੇ ਆਈ ਸੀ ਤਾਂ ਅਜਮੇਰ ਹੁਣਾਂ ਦਾ ਬਹੁਤਾ ਘਰ ਕੱਚਾ ਹੀ ਸੀ। ਅਜਮੇਰ ਨੇ ਮਜ਼ਾਕ ਕਰਦੇ ਨੇ ਇੱਕ ਦਿਨ ਕਿਹਾ ਸੀ, ਬਿੱਲੋ ਲੈ ਬਹੁਤ ਹੋ ਗਏ ਚੋਚਲੇ ਮੋਚਲੇ, ਤੂੰ ਨਾ ਹੁਣ ਆਪਣੀ ਸੱਸ ਨਾਲ ਲੱਗ ਕੇ ਗੋਹਾ ਕੂੜਾ ਕਰਵਾ ਲਿਆ ਕਰ, ਕੰਧਾਂ ਕੋਠੇ ਲਪਾ ਲਿਆ ਕਰ, ਮੈਂ ਵੀ ਖੇਤਾਂ ਨੂੰ ਜਾਇਆ ਕਰੂੰ, ਨਹੀਂ ਤਾਂ ਘਰਦਿਆਂ ਨੇ ਕਹਿਣਾ ਵਿਹੜਾ ਤਾਂ ਵਿਆਹ ਕਰਵਾ ਕੇ ਨਿਕੰਮਾ ਹੋ ਗਿਆ, ਤੀਵੀਂ ਦੀ ਕੁੱਛੜ ਚੋ ਹੀ ਨਹੀਂ ਨਿਕਲਦਾ। ਇਹ ਗੱਲ ਸੁਣ ਕੇ ਘਬਰਾ ਗਈ ਸੀ ਧੰਨ ਕੌਰ। ਉਸਨੇ ਆਪਣੇ ਪਿਓ ਕੇ ਤਾਂ ਕਦੇ ਧਾਰਾਂ ਨਹੀਂ ਸਨ ਕੱਢੀਆਂ, ਗੋਹਾ ਕੂੜਾ ਉਸਨੇ ਹੈਰਾਨ ਹੋ ਕੇ ਘਬਰਾਈ ਹੋਈ ਨੇ ਕਿਹਾ ਸੀ, ਹੈ ਗੋਹਾ ਕੂੜਾ, ਮੇਰੀ ਨਾ ਜੁੱਤੀ ਕਰਦੀ ਆ ਗੋਹਾ ਕੂੜਾ, ਆਪਣੀ ਬੇਬੇ ਨੂੰ ਕਹਿ ਆਪੇ ਲਿਪ ਲਿਆ ਕਰੇ, ਚਾਹ ਪਾਣੀ ਪਿਲਾ ਦਿਆ ਕਰੂੰ, ਮੈਂ ਤੇਰੀ ਮਾਂ ਨੂੰ ਲਿਪਦੀ ਨੂੰ। ਜਵਾਬ ਸੁਣ ਕੇ ਅਜਮੇਰ ਦਾ ਹਾਸਾ ਨਿਕਲ ਗਿਆ ਸੀ ਤਾਂ ਧੰਨ ਕੌਰ ਨੂੰ ਸਮਝ ਆਈ ਕਿ ਉਹ ਤਾਂ ਮਜ਼ਾਕ ਕਰਦਾ ਸੀ। ਧੰਨ ਕੌਰ ਨੇ ਰੁੱਸਦੀ ਨੇ ਕਿਹਾ ਸੀ, ਜਾਓ ਮੈਂ ਨੀ ਤੁਹਾਡੇ ਨਾਲ ਗੱਲ ਕਰਨੀ, ਕਿਹੋ ਜਿਹੇ ਮਜ਼ਾਕ ਕਰਦੇ ਰਹਿੰਦੇ ਹੋ ਤੁਸੀਂ। ਅਜਮੇਰ ਜੱਫੀ ਵਿੱਚ ਲੈ ਕੇ ਧੰਨ ਕੌਰ ਨੂੰ ਬੋਲਿਆ ਸੀ, ਤੈਨੂੰ ਤਾਂ ਮੈਂ ਰਾਣੀਆਂ ਵਾਂਗੂ ਰੱਖੂ ਬਿੱਲੋ, ਤੂੰ ਤਾਂ ਐਵੇਂ ਹੀ ਮਾੜੀ ਜਿਹੀ ਗੱਲ ਤੇ ਗੋਤਾ ਖਾ ਜਾਂਦੀ ਹੈ। ਸੱਚੀ ਰਾਣੀਆਂ ਵਾਂਗੂ ਹੀ ਰੱਖਿਆ ਸੀ ਅਜਮੇਰ ਨੇ, ਜਦੋਂ ਵੀ ਸ਼ਹਿਰ ਜਾਣਾ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਣਾ ਧੰਨ ਕੌਰ ਲਈ, ਗਰਮਾ ਗਰਮ ਜਲੇਬੀਆਂ ਆਪ ਕੋਲ ਖੜ ਕੇ ਕਢਵਾ ਕੇ ਲਿਆਉਣੀਆਂ ਕਰਨੀਆਂ, ਫੇਰ ਭੋਰ ਭੋਰ ਕੇ ਦੁੱਧ ਵਿੱਚ ਡਬੋ ਡਬੋ ਆਪ ਖਲਾਇਆ ਕਰਨੀਆਂ। ਕਿੰਨੇ ਚੰਗੇ ਸੀ ਉਹ ਦਿਨ, ਪਿਆਰ ਵਿੱਚ ਭਿੱਜਿਆਂ ਨੂੰ ਨਾ ਦਿਨ ਦੀ ਖਬਰ ਸੀ ਨਾ ਰਾਤ ਦੀ। ਧੰਨ ਕੌਰ ਨੂੰ ਅਕਸਰ ਲੱਗਦਾ ਅਜਮੇਰ ਕਿਤੋਂ ਨਾ ਕਿਤੋਂ ਇੱਕ ਦਿਨ ਜ਼ਰੂਰ ਮੁੜ ਆਉਣਗੇ ਤੇ ਫੇਰ ਉਹੀ ਰੰਗ ਬਰੰਗ ਖੁਸ਼ੀਆਂ ਭਰੇ ਦਿਨ ਮੁੜ ਆਉਣਗੇ। ਉਹ ਕੀ ਗੱਲਾਂ ਕਰ ਰਹੀ ਸੀ, ਚਾਹ ਬਣਾਉਂਦੀ ਬਣਾਉਂਦੀ ਭੁੱਲ ਗਈ, ਸ਼ਾਇਦ ਉਹ ਤੀਆਂ ਦੀਆਂ ਗੱਲਾਂ ਕਰ ਰਹੀ ਸੀ। ਹਾਂ ਹਾਂ ਉਹੀ ਤੀਆਂ। ਵਿਆਹ ਤੋਂ ਕੁਝ ਕੁ ਮਹੀਨਿਆਂ ਬਾਅਦ ਸੌਣ ਆ ਗਿਆ ਸੀ। ਧੰਨ ਕੌਰ ਦਾ ਚਾਚੇ ਦਾ ਮੁੰਡਾ ਉਸਨੂੰ ਲੈਣ ਆਇਆ ਸੀ, ਨਾਲ ਉਸਦਾ ਧਰਮ ਦਾ ਵੀਰ ਵੀ ਆਇਆ ਸੀ। ਉਹ ਨਾ ਉਹਨਾਂ ਦੇ ਪਿੰਡ ਦੇ ਮੁਸਲਮਾਨਾਂ ਦਾ ਮੁੰਡਾ ਸੀ, ਅਸਲ ਨਾਮ ਤਾਂ ਉਸਦਾ ਮੁਹੰਮਦ ਰਫੀ ਸੀ, ਪਰ ਧੰਨ ਕੌਰ ਪਿਆਰ ਵਿੱਚ ਉਸਨੂੰ ਚਰਨ ਸਿੰਘ ਕਹਿੰਦੀ ਸੀ। ਜਦੋਂ ਦੀ ਧੰਨ ਕੌਰ ਨੇ ਹੋਸ਼ ਸੰਭਾਲੀ ਸੀ ਤਾਂ ਉਹ ਰੱਖੜੀਆਂ ਤੇ ਓਨੀ ਦੇਰ ਕਿਸੇ ਨੂੰ ਰੱਖੜੀ ਨਹੀਂ ਸੀ ਬੰਨਦੀ ਜਿੰਨੀ ਦੇਰ ਰਫੀ ਨਹੀਂ ਸੀ ਆਉਂਦਾ ਰੱਖੜੀ ਬਣਾਉਣ ਲਈ। ਰਫੀ ਵੀ ਆਪਣੀਆਂ ਭੈਣਾਂ ਵਾਂਗੂ ਬਹੁਤ ਮੋਹ ਕਰਦਾ ਸੀ ਧੰਨ ਕੌਰ ਦਾ। ਲੈ ਬਿੱਲੋ ਇਹ ਤਾਂ ਹੁਣੇ ਤੈਨੂੰ ਲੈਣ ਆ ਗਏ, ਆਹ ਕੀ ਸੌਣ ਵਿੱਚ ਪੇਕੇ ਜਾਣ ਦਾ ਰਿਵਾਜ, ਪਤਾ ਨਹੀਂ ਕਿਸ ਕੰਜਰ ਨੇ ਬਣਾਇਆ ਸੀ, ਆਹ ਤੇਰਾ ਵੀਰ ਨਾ ਮੈਨੂੰ ਵਿਓ ਵਰਗਾ ਲੱਗਦਾ, ਤਰਲੋ ਮੱਛੀ ਹੋਇਆ ਜਮੀਰ ਬੋਲਿਆ। ਜਾਣਾ ਤਾਂ ਪੈਣਾ ਧੰਨ ਕੌਰ ਨੇ ਮੁਸ਼ਕੜੀ ਹਾਸਾ ਹੱਸਦੀ ਨੇ ਕਿਹਾ। ਧੰਨ ਕੌਰ ਨੂੰ ਉਸਦੀ ਸੱਸ ਨਨੰਦ ਨੇ ਸਾਰੇ ਵਿਵਹਾਰ ਕਰਕੇ ਤੋਰਿਆ ਸੀ, ਅਜਮੇਰ ਦਾ ਮੂੰਹ ਵੇਖਣ ਵਾਲਾ ਸੀ। ਬਾਪੂ ਜੀ ਤੇ ਬੇਬੇ ਜੀ ਦਰਾਂ ਵਿੱਚ ਖੜੇ ਇੰਤਜ਼ਾਰ ਕਰ ਰਹੇ ਸੀ, ਬਹੁਤ ਖੁਸ਼ ਹੋਈ ਸੀ ਉਹ ਆਪਣੇ ਪਿਓ ਦੇ ਪਿੰਡ ਆ ਕੇ। ਧੰਨ ਕੌਰ ਪੂਰੀ ਰਾਤ ਉਹਨਾਂ ਕੋਲ ਆਪਣੇ ਸਹੁਰੇ ਪਰਿਵਾਰ ਦੀਆਂ ਸਿਫਤਾਂ ਕਰਦੀ ਰਹੀ ਸੀ, ਦਿਓਰ ਦਾ ਮੇਰਾ ਜਮਾ ਖੰਡ ਦਾ ਖਿਡੌਣਾ ਵਾ, ਸਾਰਾ ਦਿਨ ਮੇਰੇ ਕੋਲ ਹੀ ਬੈਠਾ ਰਹਿੰਦਾ, ਮੇਰੀ ਨਣਦ ਤਾਂ ਮੈਨੂੰ ਕੁਝ ਨਹੀਂ ਕਰਨ ਦਿੰਦੀ, ਕਹਿੰਦੀ ਭਾਬੀ ਸਵਾ ਸਾਲ ਤੇ ਨਾ ਕੁਝ ਨਹੀਂ ਕਰਨਾ, ਸੱਸ ਤਾਂ ਮੇਰੀ ਬਹੁਤ ਚੰਗੀ ਆ, ਕਦੇ ਤੇਰੀ ਯਾਦ ਨਹੀਂ ਆਉਣ ਦਿੱਤੀ ਮਾਂ, ਹਾਂ ਬਸ ਤੁਹਾਡਾ ਜਵਾਈ ਹੀ ਝੁੱਡੂ ਜਿਹਾ ਹੈ।
ਬਾਪੂ ਜੀ ਨੇ ਵੀਰਿਆਂ ਨੂੰ ਕਹਿ ਕੇ ਖੇਤ ਵਾਲੇ ਪਿੱਪਲ ਤੇ ਪੀਂਘਾਂ ਪਵਾ ਦਿੱਤੀ ਸੀ ਤੇ ਪਿੱਪਲ ਦੇ ਥੱਲੇ ਸਾਫ ਸਫਾਈ ਕਰਵਾ ਦਿੱਤੀ ਸੀ। ਜਦੋਂ ਉਹ ਕੁੜੀਆਂ ਨਾਲ ਤੀਆਂ ਮਨਾਉਣ ਜਾਣ ਲੱਗੀਆਂ ਤਾਂ ਦਾਦੀ ਨੇ ਰੋਕ ਲਿਆ ਸੀ, ਧੀਏ ਐਵੇਂ ਨਾ ਬਹੁਤੇ ਡੰਗੇ ਮਾਰੀ, ਪੀਂਘ ਵੀ ਬਹੁਤ ਨਾ ਚੜਾਈ ਪੁੱਤ, ਇਹਨਾਂ ਦਿਨਾਂ ਵਿੱਚ ਨਾ ਬੋਚ ਬੋਚ ਪੈਰ ਰੱਖੀਦਾ ਹੈ। ਦਾਦੀ ਦੀ ਗੱਲ ਸੁਣ ਕੇ ਧੰਨ ਕੌਰ ਦਾ ਤਾਂ ਹਾਸਾ ਹੀ ਨਹੀਂ ਰੁਕ ਰਿਹਾ ਸੀ। ਉਹ ਦਾਦੀ ਦੀ ਵੱਖੀ ਤੇ ਚੂੰਡੀ ਭਰਦੀ ਬੋਲੀ ਸੀ, ਦਾਦੀ ਤੂੰ ਨਾ ਜਿਹੜੇ ਲੱਡੂ ਗਿਣਦੀ ਹੈ ਨਾ ਉਹ ਅਜੇ ਪੱਕੇ ਨਹੀਂ। ਖੂਬ ਰੌਣਕਾਂ ਲੱਗੀਆਂ ਸੀ ਤੀਆਂ ਵਿੱਚ, ਅਜੇ ਤਾਂ ਸੌਣ ਮੁੱਕਿਆ ਵੀ ਨਹੀਂ ਸੀ। ਅਜਮੇਰ ਲੈਣ ਆ ਗਿਆ ਸੀ ਧੰਨ ਕੌਰ ਨੂੰ। ਧੰਨ ਕੌਰ ਨੇ ਅਜਮੇਰ ਨੂੰ ਕਿਹਾ ਸੀ, ਜਾਂਦਾ ਹੀ ਤੇਰੇ ਨਾਲ ਸਾਡਾ ਪੋਲਾ ਹੀ ਓਏ। ਅਜਮੇਰ ਨੇ ਸੋਚਿਆ ਸ਼ਾਇਦ ਉਹ ਸੱਚੀ ਨਹੀਂ ਜਾਣਾ ਚਾਹੁੰਦੀ। ਕੀ ਹੋ ਗਿਆ ਧੰਨ ਕੌਰ? ਮਜ਼ਾਕ ਸਿਰਫ ਤੁਹਾਨੂੰ ਹੀ ਆਉਂਦੇ, ਅਸੀਂ ਵੀ ਕਰ ਲਈਦੇ ਨੇ, ਦੇਖ ਤਾਂ ਕੀ ਹਾਲ ਹੋ ਗਿਆ ਮੇਰੇ ਆਸ਼ਕ ਦਾ। ਅੱਖਾਂ ਦੇ ਕੋਏ ਹੰਝੂਆਂ ਨਾਲ ਭਰੇ ਹੋਏ ਨੇ ਧੰਨ ਕੌਰ ਦੇ। ਇਹ ਯਾਦਾਂ ਤਾਂ ਉਸ ਨੂੰ ਭੁੱਲਦੀਆਂ ਹੀ ਨਹੀਂ ਅਤੇ ਨਾ ਹੀ ਉਹ ਭੁੱਲਣਾ ਚਾਹੁੰਦੀ ਹੈ। ਧੰਨ ਕੌਰ ਦਾ ਦਿਓਰ ਸ਼ਮਸ਼ੇਰ ਬਹੁਤ ਚਾਅ ਕਰਦਾ ਸੀ ਭਾਬੀ ਦਾ। ਉਹ ਸਾਰਾ ਦਿਨ ਉਸ ਨਾਲ ਕੋਈ ਨਾ ਕੋਈ ਸ਼ਰਾਰਤ ਕਰੀ ਰੱਖਦਾ ਸੀ। ਕਾਲਜ ਜਾਂਦਾ ਸੀ ਪੜ੍ਹਨ ਲਈ, ਉਸ ਨਾਲ ਕੋਈ ਕੁੜੀ ਪੜ੍ਹਦੀ ਸੀ, ਉਹ ਉਸ ਨੂੰ ਬਹੁਤ ਪਸੰਦ ਕਰਦਾ ਸੀ। ਆਪਣੀ ਭਾਬੀ ਕੋਲ ਅਕਸਰ ਉਹ ਉਸ ਦੀਆਂ ਸਿਫਤਾਂ ਕਰਦਾ ਰਹਿੰਦਾ ਸੀ, ਭਾਬੀ ਹਰਦੀਪ ਬਹੁਤ ਸੋਹਣੀ ਹੈ ਪਰ ਤੇਰੇ ਪੈਰ ਵਰਗੀ ਵੀ ਨਹੀਂ, ਸ਼ਮਸ਼ੇਰ ਬੋਲਿਆ ਸੀ। ਦਿਓਰਾ ਆ ਚਾਪਲੂਸੀ ਨਾ ਕਰ, ਕੰਮ ਦੱਸ ਕੰਮ, ਤੇਰੇ ਵੀਰ ਨੂੰ ਕਹਿ ਕੇ ਤੇਰਾ ਰਿਸ਼ਤਾ ਕਰਵਾ ਦਿੰਦੀ ਹਾਂ, ਧੰਨ ਕੌਰ ਹੱਸ ਕੇ ਬੋਲੀ ਸੀ। ਨਾ ਭਾਬੀ, ਬਾਈ ਨੂੰ ਨਾ ਦੱਸ ਦੇਈ, ਮਾਰੂਗਾ ਵੀਰ ਮੈਨੂੰ, ਸ਼ਮਸ਼ੇਰ ਨੇ ਤਰਲਾ ਕੱਢਦੇ ਨੇ ਕਿਹਾ ਸੀ। ਅਜੇ ਤਾਂ ਮੈਂ ਕਦੇ ਉਸ ਨਾਲ ਵਿਆਹ ਦੀ ਗੱਲ ਨਹੀਂ ਕੀਤੀ, ਪਤਾ ਨਹੀਂ, ਸ਼ਮਸ਼ੇਰ ਬੋਲਿਆ। ਧੰਨ ਕੌਰ ਨੇ ਆਪਣੀ ਉਂਗਲ ਵਿੱਚੋਂ ਚਾਂਦੀ ਦਾ ਛੱਲਾ ਲਾ ਕੇ ਦਿੱਤਾ ਤੇ ਕਿਹਾ ਸੀ, ਜਾ ਦਿਓਰਾ ਛੱਲਾ ਦੇ ਕੇ ਪੁੱਛ, ਵਿਆਹ ਕਰਾਉਂਦੀ ਹੈ ਤੇਰੇ ਨਾਲ, ਪਹਿਲਾਂ ਹੀ ਦੱਸ ਦੇਵੀ, ਵੱਡੀ ਭਾਬੀ ਦੇ ਰੋਹਬ ਥੱਲੇ ਰਹਿਣਾ ਪਊ। ਤੇਰੇ ਵੀਰੇ ਨੂੰ ਕਹਿ ਕੇ ਤੇਰਾ ਰਿਸ਼ਤਾ ਮੈਂ ਆਪੇ ਕਰਵਾ ਦਿਉਂ। 2 ਕੁ ਸਾਲਾਂ ਵਿੱਚ ਹੀ ਨਣਨ ਦਾ ਵਿਆਹ ਹੋ ਗਿਆ ਸੀ ਅਤੇ ਸ਼ਮਸ਼ੇਰ ਦਾ ਰਿਸ਼ਤਾ ਪੱਕਾ ਹੋ ਗਿਆ ਸੀ ਹਰਦੀਪ ਨਾਲ। ਧੰਨ ਕੌਰ ਘਰੇ ਵੀ ਪੁੱਤ ਹੋਇਆ ਸੀ, ਨਾਮ ਰੱਖਿਆ ਸੀ ਜਸਕੀਰਤ। ਪਿੰਡ ਵਿੱਚ ਪਹਿਲਾ ਟਰੈਕਟਰ ਲੈ ਕੇ ਆਏ ਸੀ ਅਜਮੇਰ ਹੋਰੀ, ਕੱਚੇ ਕੋਠੇ ਢਾ ਕੇ ਪੱਕੀ ਹਵੇਲੀ ਪਾ ਲਈ ਸੀ, ਘਰ ਭਰਿਆ ਭਰਿਆ ਸੀ, ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ। ਸੱਸ ਤਾਂ ਹਮੇਸ਼ਾ ਇਹੋ ਕਹਿੰਦੀ ਰਹਿੰਦੀ ਸੀ, ਬਹੁਤਾ ਕਰਮਾਂ ਵਾਲਾ ਪੈੜਾ ਮੇਰੀ ਨੂੰਹ ਧੰਨ ਕੌਰ ਦਾ, ਸਾਡੀ ਤਾਂ ਤਕਦੀਰ ਬਦਲ ਗਈ ਜਿੱਦਣ ਦੀ ਆਈ ਹੈ, ਮੱਥਾ ਹੀ ਚੁੰਮਦੀ ਰਹਿੰਦੀ ਸੀ ਧੰਨ ਕੌਰ ਦਾ। ਅਜਮੇਰ ਦੀ ਭੈਣ ਦਾ ਵਿਆਹ ਹੋ ਗਿਆ ਸੀ, ਛੋਟੇ ਭਰਾ ਦਾ ਰਿਸ਼ਤਾ ਪੱਕਾ ਹੋ ਗਿਆ। ਪਿਛਲੇ 2 ਸਾਲਾਂ ਤੋਂ ਫਸਲ ਵੀ ਬਹੁਤ ਚੰਗੀ ਹੋਈ ਸੀ, ਟਰੈਕਟਰ ਵੀ ਨਵਾਂ ਕਢਵਾ ਲਿਆ ਸੀ। ਪਿੰਡ ਬੌਂਦਲ ਵਿੱਚ ਆਇਆ ਇਹ ਪਹਿਲਾ ਟਰੈਕਟਰ ਸੀ, ਸਾਰੇ ਕੱਚੇ ਖਣ ਢਾ ਕੇ ਪਿੰਡ ਵਿੱਚ ਸਭ ਤੋਂ ਉੱਚੀ ਹਵੇਲੀ ਛੱਤ ਲਈ ਸੀ। ਰੱਬ ਨੇ ਪੁੱਤ ਦੀ ਦਾਤ ਵੀ ਬਖਸ਼ੀ ਸੀ, ਨਾਮ ਰੱਖਿਆ ਸੀ ਜਸਕੀਰਤ। ਬਹੁਤ ਨੇਕ ਪਾਕ ਪਵਿੱਤਰ ਰੂਹ ਸੀ ਅਜਮੇਰ। ਪਰ ਜਦੋਂ ਅਜਮੇਰ ਸਿੰਘ ਪਿੰਡ ਗੌਂਸਲਾ ਆਪਣੇ ਵੀਰ ਦਾ ਰਿਸ਼ਤਾ ਕਰਨ ਗਿਆ ਸੀ ਤਾਂ ਉੱਥੋਂ ਦੇ ਸਰਪੰਚ ਬਘੇਲ ਸਿੰਘ ਨਾਲ ਮੁਲਾਕਾਤ ਹੋ ਗਈ ਸੀ। ਸਰਪੰਚ ਬਘੇਲ ਸਿੰਘ ਸ਼ਮਸ਼ੇਰ ਦੀ ਮੰਗੇਤਰ ਦੇ ਸ਼ਰੀਕੇ ਵਿੱਚੋਂ ਸੀ। ਉਹ ਅਜਮੇਰ ਤੇ ਉਸਦੇ ਦੋਸਤਾਂ ਨੂੰ ਬੈਠਕ ਵਿੱਚ ਲੈ ਗਿਆ। ਆਓ ਰਿਸ਼ਤੇਦਾਰੋ, ਤੁਹਾਡੀ ਖਾਤਰਦਾਰੀ ਕਰੀਏ,
ਕਹਿ ਕੇ ਉਸਨੇ ਮੇਜ਼ ਤੇ ਅੰਗਰੇਜ਼ੀ ਦੀ ਬੋਤਲ ਰੱਖ ਦਿੱਤੀ। ਨਹੀਂ ਜੀ, ਆਹ ਨਹੀਂ, ਅਜਮੇਰ ਨੇ ਹੱਥ ਜੋੜਦੇ ਨੇ ਕਿਹਾ ਸੀ। ਲੈ, ਜੱਟਾਂ ਦੇ ਪੁੱਤ ਹੋਣ ਤੇ ਦਾਰੂ ਨਾ ਕਰਦੇ ਹੋਣ, ਨਾ ਹੋਣੇ ਸ਼ੌਕ, ਕਮੀ ਕਮੀਨ ਤਾਂ ਪੂਰੇ ਨਹੀਂ ਕਰ ਸਕਦੇ। ਪਰਮਾਤਮਾ ਨੇ ਗਾਜਰਾਂ ਦਿੱਤੀਆਂ, ਰੰਬਾ ਵਿੱਚੇ ਰੱਖੀਦਾ, ਬਘੇਲ ਮਜ਼ਾਕ ਕਰਦਾ ਬੋਲਿਆ ਸੀ। ਪੀ ਲਈਦੀ ਹੈ ਕਦੇ ਕਦੇ, ਪਰ ਅੱਜ ਨਹੀਂ ਜੀ, ਸ਼ਗਨਾਂ ਦਾ ਕੰਮ ਆ, ਅਜਮੇਰ ਮਿੰਨਤ ਕਰਦਿਆਂ ਬੋਲਿਆ ਸੀ। ਲੈ ਹੁਣ ਕਿਤੇ ਪਾਂਡੇ ਤੋਂ ਤਰੀਕ ਕਢਵਾ ਕੇ ਪੀਣੀ ਆ, ਜੱਟਾਂ ਨੂੰ ਤਾਂ ਬਹਾਨਾ ਚਾਹੀਦਾ ਹੁੰਦਾ, ਨਾਲੇ ਸ਼ਗਨਾਂ ਵਾਲੇ ਦਿਨ ਬਗੈਰ ਦਾਰੂ ਤੋਂ, ਉਹ ਵੀ ਜੱਟਾਂ ਦੇ ਘਰੇ। ਕਹਿੰਦੇ ਕਹਿੰਦੇ ਨੇ ਪੈਗ ਬਣਾ ਕੇ ਅਜਮੇਰ ਦੇ ਮੂੰਹ ਨੂੰ ਲਾ ਦਿੱਤਾ। ਚੁੱਕੋ ਮੁੰਡਿਓ ਚੁੱਕੋ, ਇਹਦੇ ਬਗੈਰ ਤਾਂ ਭੰਗੜਾ ਵੀ ਨਹੀਂ ਪੈਣਾ। ਬਘੇਲ ਸਿੰਘ ਨੇ ਨੌਕਰ ਨੂੰ ਆਵਾਜ਼ ਮਾਰੀ, ਲਿਆ ਓਏ ਮੀਟ ਪਾ ਕੇ ਲਿਆ, ਤੁਹਾਡੀ ਦਾਵਤ ਲਈ ਯਾਰੋ ਆ ਹਿਰਨ ਮਾਰ ਕੇ ਲਿਆਂਦਾ ਪਹਾੜਾਂ ਚੋਂ। ਲੈ ਦੇਖਦਾ ਅਜਮੇਰ ਸਿਆਂ ਕਿਹੋ ਜਿਹਾ ਬਣਿਆ। ਖਾ ਪੀ ਕੇ ਜਦੋਂ ਅਜਮੇਰ ਹੋਣੀ ਭੰਗੜਾ ਪਾਉਣ ਲੱਗੇ ਤਾਂ ਬਘੇਲ ਅੰਦਰੋਂ 12 ਬੋਰ ਦੀ ਕੱਢ ਲਿਆਇਆ, ਭਰ ਭਰ ਕੇ ਅਜਮੇਰ ਦੇ ਹੱਥ ਫੜਾਉਂਦਾ ਰਿਹਾ। ਖੂਬ ਫਾਇਰ ਕੱਢੇ ਸੀ ਅਜਮੇਰ ਨੇ। ਦੂਰ ਬੈਠੀ ਧੰਨ ਕੌਰ ਡਿੱਕ ਡੋਲੇ ਖਾਂਦੇ ਅਜਮੇਰ ਨੂੰ ਵੇਖ ਕੇ ਬੋਲੀ ਸੀ, ਵੇ ਦਿਓਰਾ, ਤੇਰੇ ਵੀਰ ਨੇ ਦਾਰੂ ਪੀ ਲਈ ਲੱਗਦੀ, ਸ਼ਰਾਬ ਤੇ ਹਥਿਆਰ ਦਾ ਕਾਹਦਾ ਮੇਲ, ਜਾ ਕੇ ਰਫਲ ਲੈ ਕੇ ਰੱਖ ਦੇ, ਕਿਤੇ ਹੋਰ ਨਾ ਕੋਈ ਨਵਾਂ ਚੰਦ ਚੜਾ ਦੇਣ। ਘਰ ਆ ਕੇ ਵੀ ਅਜਮੇਰ ਉਸ ਦਾਵਤ ਨੂੰ ਨਹੀਂ ਸੀ ਭੁੱਲਿਆ, ਉਹ ਵੀ ਲੈ ਆਇਆ ਸੀ 12 ਬੋਰ ਦੀ ਸੰਗਰੂਰ ਤੋਂ ਜਾ ਕੇ, ਬਘੇਲ ਸਿੰਘ ਨਾਲ ਜਾ ਕੇ ਦਵਾ ਕੇ ਲਿਆਇਆ ਸੀ। ਬਸ ਫੇਰ ਕੀ ਸੀ, ਸਾਰੇ ਯਾਰਾਂ ਦੋਸਤਾਂ ਦੀ ਮੰਡਲੀ ਨਾਲ ਲੈ ਕੇ ਬਘੇਲ ਸਿੰਘ ਨੂੰ ਕਾਲਕਾ ਕੋਲੇ ਪਹਾੜਾਂ ਵਿੱਚ ਤੁਰੇ ਹੀ ਰਹਿੰਦੇ ਸੀ ਸ਼ਿਕਾਰ ਨੂੰ। ਸ਼ਿਕਾਰ ਭੁੰਨ ਕੇ ਖਾਣਾ, ਦਾਰੂ ਪੀਣੀ, ਰਾਤ ਰਾਤ ਭਰ ਘਰੋਂ ਬਾਹਰ ਰਹਿਣਾ, ਕਾਫੀ ਦਿਨ ਚੱਲਦਾ ਰਿਹਾ। ਅਖੀਰ ਤੰਗ ਆ ਕੇ ਧੰਨ ਕੌਰ ਨੇ ਅਜਮੇਰ ਨੂੰ ਕਿਹਾ ਸੀ, ਜਸ ਦੇ ਪਾਪਾ, ਤੁਸੀਂ ਜਦੋਂ ਦੇ ਬਘੇਲ ਸਿੰਘ ਨੂੰ ਮਿਲੇ ਹੋ, ਉਹ ਪਹਿਲਾਂ ਵਾਲੇ ਨਹੀਂ ਰਹੇ, ਇਹ ਕਿਹੜੇ ਰਾਹ ਤੇ ਪੈ ਗਏ ਹੋ? ਉਹ ਬਘੇਲ ਸਿੰਘ ਤਾਂ ਬਦਮਾਸ਼ ਬੰਦਾ, ਉਸ ਤੇ ਤਾਂ ਪਰਚੇ ਵੀ ਦਰਜ ਨੇ। ਮਾਂ ਜੀ ਮੈਨੂੰ ਕਹਿੰਦੇ ਨੇ, ਧੀਏ ਤੂੰ ਰੋਕਦੀ ਕਿਉਂ ਨਹੀਂ? ਅਜਮੇਰ ਹੱਸ ਕੇ ਟਾਲਦਾ ਬੋਲਿਆ ਸੀ, ਐਤਕੀ ਆਪਾਂ ਵੀ ਸਰਪੰਚੀ ਲੜਨੀ ਹੈ, ਸਰਪੰਚ ਬਣਨਾ ਪਿੰਡ ਦਾ, ਕੁਝ ਨਹੀਂ ਕਹਿੰਦੇ ਪਰਚੇ ਸਰਪੰਚਾਂ ਨੂੰ, ਨਾਲੇ ਉਹ ਕਾਹਦਾ ਜੱਟ ਜਿਸ ਦੀ ਕੁਰਸੀ ਨਾ ਡਹਿੰਦੀ ਹੋਵੇ ਥਾਣੇਦਾਰ ਨਾਲ। ਦੇਖੀ ਤੈਨੂੰ ਵੀ ਪਿੰਡ ਵਾਲੇ ਸਰਪੰਚ ਨੀ ਕਹਿ ਕੇ ਸੱਦਿਆ ਕਰਨਗੇ। ਲਿਆ ਓਏ ਵੀਰੇ, ਥੱਲਿਓ ਰਫਲਾਂ ਲੈ ਕੇ ਆ, ਤੇਰੀ ਭਾਬੀ ਨਾਲ ਫੋਟੋ ਖਿਚਾਈਏ। ਧੰਨ ਕੌਰ ਨਾ ਨਾ ਕਰਦੀ ਦੀ ਵੀ ਰਫਲਾਂ ਦੀ ਛਾਂ ਕਰਕੇ ਫੋਟੋ ਖਿਚਵਾਈ ਸੀ ਅਜਮੇਰ ਨੇ। ਤੰਗ ਆ ਗਈ ਸੀ ਧੰਨ ਕੌਰ ਅਜਮੇਰ ਦੇ ਇਸ ਬਦਲਾਵ ਤੋਂ, ਸਾਰਾ ਦਿਨ ਉਸਦਾ ਅਸਲਾ ਚੁੱਕਦੀ ਰਹਿੰਦੀ ਸੀ। ਕੁਝ ਦਿਨਾਂ ਬਾਅਦ ਅਜਮੇਰ ਦੇ ਸਹੁਰਿਆਂ ਦੇ ਵਿੱਚ ਵਿਆਹ ਆ ਗਿਆ। ਅਜਮੇਰ ਨੇ ਖੂਬ ਤਿਆਰੀ ਕਰੀ ਵਿਆਹ ਤੇ ਜਾਣ ਦੀ, ਧੰਨ ਕੌਰ ਨੂੰ ਵੀ ਕਿੰਨੇ ਸੂਟ ਸਵਾ ਕੇ ਦਿੱਤੇ, ਜਸ ਨੂੰ ਵੀ ਬਹੁਤ ਕੁਝ ਲੈ ਕੇ ਦਿੱਤਾ। ਬਣ ਠਾਣ ਕੇ ਰਹੀ, ਬਿੱਲੋ ਪਤਾ ਲੱਗਣਾ ਚਾਹੀਦਾ, ਬੌਂਦਲ ਵਾਲੇ ਸਰਦਾਰ ਦੀ ਨੂੰਹ ਆ, ਦੇਖੀ ਕਿਤੇ ਮੇਰੇ ਸਹੁਰੀ ਮੇਰੀ ਨੱਕ ਨਾ ਵਡਵਾ ਦੇਵੀ। ਸਮਾਨ ਦੇ ਵਿੱਚ ਰਫਲ ਵੀ ਧੰਨ ਕੌਰ ਤੋਂ ਚੋਰੀ ਰੱਖ ਲਈ ਸੀ। ਟਰੈਕਟਰ ਤੇ ਚੜ ਕੇ ਜਾ ਪਹੁੰਚੇ ਸਨ ਧੰਨ ਕੌਰ ਦੇ ਘਰੇ। ਸ਼ਾਮ ਦਾ ਸਮਾਂ ਸੀ, ਭੰਗੜਾ ਪੈ ਰਿਹਾ ਸੀ। ਅਜਮੇਰ ਦਾਰੂ ਪੀ ਕੇ ਆਪ ਵੀ ਆ ਗਿਆ ਸੀ ਨੱਚਣ ਨੂੰ, ਹੱਥ ਵਿੱਚ ਰਫਲ ਫੜੀ ਹੋਈ ਸੀ। ਜਿਵੇਂ ਹੀ ਧੰਨ ਕੌਰ ਨੇ ਦੇਖਿਆ, ਉਹ ਭੱਜ ਕੇ ਉਸ ਕੋਲੋਂ ਰਫਲ ਲੈਣ ਆਈ ਸੀ। ਅੱਗਿਓਂ ਅਜਮੇਰ ਬੋਲਿਆ ਸੀ, ਲੈ ਹੋਰ ਹੁਣ ਇਹ ਦੀਵਾਲੀ ਤੇ ਚਲਾਉਣ ਨੂੰ ਲਿਆਂਦੀ ਆ, ਸਾਲੇ ਦਾ ਵਿਆਹ ਵਾ, ਪਤਾ ਲੱਗਣਾ ਚਾਹੀਦਾ ਜੀਜੇ ਨੂੰ ਕਿੰਨਾ ਚਾਅ ਵਾ।
ਪਰਾਂ ਹਟ ਜਾ, ਪਾ ਲੈਣ ਦੇ ਚਾਰ ਪਟਾਕੇ। ਬਹੁਤ ਜ਼ਿਆਦਾ ਪੀ ਰੱਖੀ ਸੀ ਅਜਮੇਰ ਨੇ, ਲੋਡ ਕਰੀ ਹੋਈ ਰਫਲ ਵਿੱਚ ਨੱਚ ਰਿਹਾ ਸੀ। ਪਤਾ ਨਹੀਂ ਲੱਗਿਆ ਕਦੋਂ ਰਫਲ ਹੱਥ ਵਿੱਚੋਂ ਤਿਲਕ ਕੇ ਗਿਰ ਗਈ, ਗਿਰਦੇ ਸਾਰ ਹੀ ਚੱਲ ਗਈ। ਬਹੁਤ ਜ਼ੋਰ ਦੀ ਖੜਾਕ ਹੋਇਆ ਸੀ, ਸਭ ਆਸੇ ਪਾਸੇ ਹੋ ਗਏ। ਅਜਮੇਰ ਜ਼ਮੀਨ ਤੇ ਗਿਰਿਆ ਪਿਆ ਸੀ, ਗੋਲੀ ਅਜਮੇਰ ਦੇ ਗਲ ਵਿੱਚੋਂ ਦੀ ਪਾਰ ਲੰਘ ਗਈ ਸੀ। ਚੀਕ ਚਿਹਾੜਾ ਪੈ ਗਿਆ। ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਸਨ। ਧੰਨ ਕੌਰ ਸਭ ਕੋਈ ਯਾਦ ਕਰਕੇ ਬਹੁਤ ਰੋ ਰਹੀ ਹੈ। ਉਸ ਨੂੰ ਲੱਗ ਰਿਹਾ ਜਿਵੇਂ ਹੁਣੇ ਗੋਲੀ ਚੱਲੀ ਹੋਵੇ, ਉਸ ਨੂੰ ਉਹ ਖੜਾਕ ਹੁਣੇ ਸੁਣਿਆ ਹੈ। ਕਿਉਂ ਅਜਮੇਰ ਕਿਉਂ, ਗਲਤੀ ਤਾਂ ਮੇਰੀ ਹੈ, ਮੈਂ ਕਿਉਂ ਨਾ ਲਿੱਤੀ ਰਫਲ ਵਾਪਸ। ਹਾਏ ਓ ਰੱਬਾ, ਪਸੀਨੋ ਪਸੀਨੀ ਹੋਈ ਬੈਠੀ ਧੰਨ ਕੌਰ, ਕੀ ਕਰਾਂ, ਕਿੱਥੋਂ ਮੋੜ ਲਿਆਵਾਂ ਤੁਹਾਨੂੰ। ਇਸ ਕਹਾਣੀ ਦਾ ਅਗਲਾ ਭਾਗ ਤੁਹਾਡੇ ਲਈ ਕੱਲ ਨੂੰ ਪੇਸ਼ ਕੀਤਾ ਜਾਵੇਗਾ। ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਵੋ ਅਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ। ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।